ਵਿਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਡਾਕਟਰ ਸਾਹਿਬ ਸਾਡੀ ਨੈਕਸਟ ਈਮੇਲ ਵੀਰ ਹੁਸ਼ਿਆਰਪੁਰਿਆ ਸਿੰਘ ਜੀ ਦੀ ਹੈ ਉਹ ਲਿਖਦੇ ਹਨ ਸਰ ਧਰਮ ਸਿਰਫ ਭ੍ਰਿਸ਼ਟਾਚਾਰ ਦਾ ਮੁਜੱਸਮਾ ਹੀ ਨਹੀਂ ਬਲਕਿ ਤਾਕਤ ਬੇਇਨਸਾਫੀ ਬ੍ਰੇਨ ਵਾਸ਼ਿੰਗ ਸਮਾਜ ਵਿੱਚ ਵੰਡੀਆਂ ਪਾਉਣ ਦਾ ਕਾਰਨ ਵੀ ਹੈ ਇਹ ਧਰਮ ਭਾਵੇਂ ਸਿੱਖ ਧਰਮ ਹੋਵੇ ਜਾਂ ਹਿੰਦੂਇਜ਼ਮ ਇਸਲਾਮ ਜਾਂ ਇਸਾਈ ਧਰਮ ਹੋਣ ਗੱਲ ਇੱਕੋ ਹੀ ਹੈ ਅਸੀਂ ਵੇਖਦੇ ਹਾਂ ਭਾਰਤ ਵਿੱਚ ਪ੍ਰਚਾਰਕ ਬਾਬਿਆਂ ਕੋਲ ਬੁਲਟ ਪ੍ਰੂਫ ਕਾਰਾਂ ਹਨ ਮਹਿੰਗੀਆਂ ਮਹਿੰਗੀਆਂ ਅਤੇ ਇਹ 5 ਸਟਾਰ ਹੋਟਲਸ ਵਿੱਚ ਰਹਿੰਦੇ ਹਨ ਤੁਸੀਂ ਇਸ ਬਾਰੇ ਕੀ ਕਹੋਗੇ ਅ ਵੀਰ ਹੁਸ਼ਿਆਰਪੁਰਿਆ ਸਿੰਘ ਜਿੱਦਿਆਂ ਜਿੰਨੀਆਂ ਈਮੇਲਾਂ ਹੁਣ ਤੱਕ ਆਈਆਂ ਨੇ ਅਜੇ ਸ਼ਾਇਦ ਇੱਕ ਵਰਜਨ ਅਸੀਂ ਰੱਖਿਆ ਹੋਈਆਂ ਹੌਲੀ ਹੌਲੀ ਕੱਢਾਂਗੇ ਤੇ ਉਹਨਾਂ ਤੋਂ ਸਭ ਤੋਂ ਛੋਟੀ ਹੈ ਤੇ ਆਈ ਵੀ ਅੱਜ ਹੈ ਤੇ ਮੈਂ ਕਿਹਾ ਕਿ ਵੀ ਹੁਣ ਕਾਫੀ ਦਿਨ ਹੋ ਗਏ ਉਹਨਾਂ ਦੀ ਕੋਈ ਈਮੇਲ ਪਿੱਕ ਨਹੀਂ ਹੋਈ ਜੀ ਤੇ ਚਲੋ ਇਹ ਛੋਟੀ ਹੈ ਪਰ ਇਹਦਾ ਜਵਾਬ ਦੇਣਾ ਹੋਏ ਤੇ ਇਹਦਾ ਜਵਾਬ ਕਾਫੀ ਲੰਮਾ ਹੋ ਸਕਦਾ ਹੈ ਪਰ ਸਮੇਂ ਦੀ ਸੀਮਾ ਕਰਕੇ ਅਸੀਂ ਬਹੁਤ ਜ਼ਿਆਦਾ ਨਹੀਂ ਕਵਾਂਗੇ ਉਹਨਾਂ ਨੇ ਸਿੱਧਾ ਹੀ ਸਟੇਟਮੈਂਟ ਪੁੱਛਿਆ ਵੀ ਜਿਹੜਾ ਧਰਮ ਹੈ ਇਹ ਐਪੀਟੋਮ ਆਫ ਕਰਪਸ਼ਨ ਹੈ ਹਾਂਜੀ ਮਜਸਮਾ ਹੈ ਔਰ ਇਹਦੇ ਚੋਂ ਹੀ ਫਿਰ ਬਾਕੀ ਚੀਜ਼ਾਂ ਨਿਕਲਦੀਆਂ ਨੇ ਜਿਹਦੇ ਚ ਸਮਾਜਿਕ ਨਾ ਬਰਾਬਰੀ ਹੈ ਆਪਸੀ ਡਿਵੀਜ਼ਨ ਹੈ ਵੰਡੀਆਂ ਨੇ ਆਰਥਿਕ ਐਕਸਪਲੋਇਟੇਸ਼ਨ ਹੈ ਔਰ ਖੀਰ ਚੋਣਾ ਨੇ ਆਪਣੀ ਗੱਲ ਨੂੰ ਵਜਨ ਦੇਣ ਦੇ ਲਈ ਬਾਬਿਆਂ ਦੀ ਗੱਲ ਕੀਤੀ ਜਿਨ੍ਹਾਂ ਦੇ ਕੋਲ ਬੁਲੇਟ ਪ੍ਰੂਫ ਗੱਡੀਆਂ ਨੇ ਔਰ ਫਾਈਵ ਸਟਾਰ ਪੰਜ ਤਾਰਾ ਹੋਟਲਾਂ 'ਚ ਰਹਿੰਦੇ ਨੇ ਫਿਰ ਉਹਨਾਂ ਦੇ ਧਰਮਾਂ ਦੇ ਹਵਾਲੇ ਨਾਲ ਵੀ ਸਿੱਖ ਧਰਮ ਤੋਂ ਸ਼ੁਰੂ ਕਰਕੇ ਇਸਲਾਮ, ਇਸਾਈਅਤ, ਹਿੰਦੂਇਜ਼ਮ ਸਭ ਦੀ ਗੱਲ ਕੀਤੀ ਦੇਖੋ ਪਹਿਲਾਂ ਜੇ ਮੈਂ ਇੱਥੋਂ ਸ਼ੁਰੂ ਕਰਾਂ ਕਿ ਵੀ ਇਹੋ ਜਿਹੀ ਗੱਲ ਹੀ ਕਦੇ Karl Marx ਨੇ ਜਿਨੇ ਕਿ ਮਾਰਕਸਵਾਦ ਦਾ ਫਲਸਫਾ ਦਿੱਤਾ ਜਿਹਨੂੰ ਕਾਮਿਊਨਿਜ਼ਮ ਕਿਹਾ ਜਾਂਦਾ ਹੈ ਉਹਨੇ ਵੀ ਆਧਾਰ ਹੀ ਬਣਾਇਆ ਸੀ ਉਹਨੇ ਤਰਾਦਰ ਇੱਕ ਸਟੈਪ ਹੋਰ ਅ ਅੱਗੇ ਜਾਂਦੇ ਆ ਉਹਨੇ ਆਪਣੇ ਐਨਾਲਿਸਿਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਇਹ ਜਿਹੜਾ ਧਰਮ ਹੈ ਇਹ ਲੋਕਾਂ ਦੀ ਅਫੀਮ ਹੈ ਲੋਕਾਂ ਨੂੰ ਦਿੱਤੀ ਗਈ ਅਫੀਮ ਹੈ ਜਿਵੇਂ ਅਫੀਮ ਖਾ ਕੇ ਇੱਕ ਮਸਤੀ ਜਿਹੀ ਚੁਰੇ ਫਿਰਦੇ ਨੇ ਔਰ ਉਸ ਤੋਂ ਅੰਦਾਜ਼ਾ ਨਹੀਂ ਹੁੰਦਾ ਵੀ ਆਲੇ ਦੁਆਲੇ ਕੀ ਹੋ ਰਿਹਾ ਹੈ ਹਾਂਜੀ ਉਹਨੂੰ ਫਾਲੋ ਜਿਹੜਾ ਨੇ ਉਹ ਕਰਦੇ ਨੇ ਜਿਹੜਾ ਵੀ ਉਹਨਾਂ ਨੂੰ ਫਿਰ ਲਈ ਫਿਰਦੇ ਆ ਤੇ ਇਸ ਲਈ ਉਸਨੇ ਮਜ਼ਹਬ ਦੇ ਖਿਲਾਫ ਜਿਹੜਾ ਉਹ ਝੰਡਾ ਬੁਲੰਦ ਕੀਤਾ ਹੈ ਉਦੀ ਜਿਹੜੀ ਆਰਥਿਕ ਨੀਤੀ ਸੀ ਉਹਨੇ ਕਿਹਾ ਜੀ ਦੁਨੀਆ ਚ ਕੋਈ ਹੋਰ ਨਹੀਂ ਹੈ ਸਿਰਫ ਦੋ ਹੀ ਨੇ ਇੱਕ ਹੈਵ ਹੈ ਇੱਕ ਹੈਵ ਨਾਟ ਹੈ ਹਾਂਜੀ ਇੱਕ ਸਰਮਾਇਦਾਰ ਹੈ ਔਰ ਇੱਕ ਮਜ਼ਦੂਰ ਹੈ ਔਰ ਉਹੀ ਉਹਦਾ ਕਿਰਤੀਓ ਇਕੱਠੇ ਹੋ ਜਾਓ ਔਰ ਇਹ ਸਰਮਾਇਦਾਰੀ ਜਿਹੜਾ ਸਾਡਾ ਸਭ ਤੋਂ ਵੱਡਾ ਰੋਗ ਹੈ ਇਹ ਤੋਂ ਛੁਟਕਾਰਾ ਬਹੁਤ ਸਾਰੇ ਬਰਾਬਰ ਹੋ ਸਕਦੇ ਨੇ ਹੁਣ ਉਸ ਦੇ ਨਾਂ ਥੱਲੇ ਮਜ਼ਬ ਨੂੰ ਖਤਮ ਕਰਨ ਦੇ ਲਈ ਕੱਲੇ ਸូវੀਟ ਯੂਨੀਅਨ ਦੇ ਵਿੱਚ ਹੀ ਕਿਉਂਕਿ ਮਾਰਕਸ ਦੀ ਥਿਊਰੀ ਨੂੰ ਸਭ ਤੋਂ ਪਹਿਲਾਂ ਰਸ਼ੀਅਨ ਰੈਵੋਲੂਸ਼ਨ ਦੇ ਵਿੱਚ ਲਾਗੂ ਕੀਤਾ ਗਿਆ 1917 ਤੋਂ ਬਾਅਦ ਹਜ਼ਾਰਾਂ ਗਿਰਜੇ ਢਾਏ ਗਏ ਨਸੀਤਾਂ ਢਾਈਆਂ ਗਈਆਂ ਬੁੱਧਿਸ਼ ਮੋਨੇਸਟਰੀਆਂ ਢਾਈਆਂ ਗਈਆਂ ਇਹ ਮਜ਼ਹਬ ਸਨ ਈਸਟਰਨ ਆਰਥੋਡੌਕਸ ਕ੍ਰਿਸਚੀਅਨਿਟੀ ਮਾਰੇ ਗਏ ਲੋਕ ਔਰ ਫਿਰ ਜਿੱਥੇ ਜਿੱਥੇ ਇਹਨਾਂ ਦੇ ਹੋਰ ਵੀ ਸੀ ਇਹੋ ਜਿਹੇ ਉਹਨਾਂ ਨੇ ਕੰਮ ਕੀਤਾ ਹੁਣ 1990 91 ਤੱਕ ਜੇ 1917 ਦੇ ਨੂੰ ਅਸੀਂ ਕੱਟਆਫ ਡੇਟ ਲਈਏ ਜੀ ਤੇ ਆਲਮੋਸਟ 70 ਸਾਲ ਉਹਨਾਂ ਨੇ ਟਿੱਲ ਲਾ ਲਿਆ ਕਰਕੇ ਕਿ ਜੀ ਅਸੀਂ ਕਿ ਮਜ਼ਹਬ ਕਿਉਂਕਿ ਸਾਰੀਆਂ ਬਿਮਾਰੀਆਂ ਦੀ ਜੜ ਹੈ ਜੇ ਲੋਕਾਂ 'ਚੋਂ ਮਜ਼ਹਬ ਖਤਮ ਕਰ ਦਿਓ ਸੋ ਉਹਨਾਂ ਨੇ ਉਹ ਵੀ ਟਾਇ پابੰਦੀ ਵੀ ਲਾ ਦਿੱਤੀ ਕੋਈ ਪ੍ਰੇਅਰ ਨਹੀਂ ਸੀ ਕਰ ਸਕਦਾ ਸਕੂਲਾਂ 'ਚ ਪੂਰੀ ਤਿੰਨ ਜਨਰੇਸ਼ਨਾਂ ਜੇ 20 ਸਾਲ 25 ਸਾਲ ਦੀ ਜਨਰੇਸ਼ਨ ਹੈ ਇਦਾਂ ਦੀਆਂ ਖੜੀਆਂ ਕੀਤੀਆਂ ਜਿਨ੍ਹਾਂ ਦੇ ਵਿੱਚ ਕੋਈ ਧਰਮਨਾਮ ਦੀ ਚੀਜ਼ ਨਹੀਂ ਸੀ ਉਹਨਾਂ ਨੂੰ ਉਹਨਾਂ ਨੇ ਮਾਰਕਸਵਾਦ ਪੜਾਇਆ ਬਰਾਬਰੀ ਦੀ ਗੱਲ ਸਿਖਾਈ ਦੂਸਰਾ ਕੀਤਾ ਪਰ ਅਖੀਰ ਕਿੱਥੇ ਗਿਆ ਉਹ ਸਾਰਾ 파ਟ ਅਰ ਅੱਜ ਆਲਮੋਸਟ 70 ਸਾਲ ਬਾਅਦ ਸਭ ਤੋਂ ਜ਼ਿਆਦਾ ਸੁਪਰਸਟੀਸ਼ਨ ਈਸਟਰਨ ਆਰਥੋਡਾਕਸ ਵੀ ਵਾਪਸ ਆਏ ਜਿਨ੍ਹਾਂ ਨੇ ਜਾਲੀ ਕਿਸਮ ਦੀਆਂ ਗੱਲਾਂ ਨੇ ਧੋਖੇਵਾਲੀਆਂ ਉਹ ਉੱਥੇ ਰੂਸ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਚਲਿਤ ਨੇ ਹਾਂਜੀ ਔਰ ਉਹਨਾਂ ਦਾ ਜਿਹੜਾ ਸਾਰਾ 파ਟ ਸੀ ਉਹਨਾਂ ਨੇ ਈਵਨ ਅੱਜ ਆਪਣਾ ਆਫੀਸ਼ੀਅਲ ਰਿਲੀਜੀਅਨ ਵੀ ਡਿਕਲੇਅਰ ਕਰ ਰਹੇ ਨੇ ਕਿਸੇ ਹੋਰ ਨੂੰ ਕਨਵਰਟ ਨਹੀਂ ਹੋਣ ਦਿੰਦੇ ਕਿ ਜੀ ਸਾਡਾ ਈਸਟਰਨ ਆਰਥੋਡੌਕਸ ਹੈ ਦੇਖੋ ਉਹਦੇ ਵਿੱਚ ਅਸੀਂ ਤਿੰਨ ਚੀਜ਼ਾਂ ਇਹਦੇ ਵਿੱਚ ਮੈਂ ਕਹਾਂਗਾ ਸਭ ਤੋਂ ਪਹਿਲਾਂ ਤਾਂ ਮذਹਬ ਹੈ ਜਾਂ ਧਰਮ ਹੈ ਜਾਂ ਅਮਰੀਕਾ ਜਿਹਨੂੰ ਫੇਥ ਕਹਿੰਦੇ ਨੇ ਹਾਂਜੀ ਕਿ ਉਸ ਦੇ ਦੋ ਕਿਸਮ ਦੇ ਧਰਮ ਨੇ ਦੋ ਕਿਸਮ ਜਦੋਂ ਮੈਂ ਕਹਿੰਦਾ ਐਰੀਅਨ ਤੇ ਸੈਮੇਟਿਕ ਔਰ ਉਹ ਵੀ ਨੇ ਜਿਹੜੇ ਕਿਸੇ 'ਚ ਵੀ ਯਕੀਨ ਨਹੀਂ ਰੱਖਦੇ ਇਹ ਉਹ ਇੱਕ ਵੱਖਰੀ ਕਲਾਸ ਹੈ ਇੱਕ ਰਿਵੀਲਡ ਧਰਮ ਨੇ ਰਿਵੀਲਡ ਉਹ ਨੇ ਜਿਨ੍ਹਾਂ ਨੂੰ ਮੈਸੇਜ ਆਇਆ ਰੱਬ ਤੋਂ ਜਿਸ ਰੱਬ ਨੂੰ ਉਹ ਮੰਨ ਉਹ ਆਪਣਾ ਸੋਮਾ ਮੰਨਦੇ ਨੇ ਤੇ ਉਹਨਾਂ ਨੇ ਅੱਗੋਂ ਮੈਸੇਜ ਉਹ ਭਾਵੇਂ ਟੋਰਾ ਚ ਆਇਆ ਉਹ ਜਿਹੜੇ ਯਹੂਦੀਆਂ ਦੇ ਹਵਾਲੇ ਨਾਲ ਜ਼ਰੀਬ ਚ ਆਇਆ ਜ਼ਰਾਇਸਟੀਅਨ ਦੇ ਹਵਾਲੇ ਨਾਲ ਇਸਾਈਆਂ ਚ ਬਾਈਬਲ ਦੇ ਹਵਾਲੇ ਨਾਲ ਜੀਸਸ ਨੇ ਮਸਾਇਆ ਕਿਹਾ ਜਾਂ ਕੁਰਾਨੇ ਮਜੀਦ ਚ حضرت ਮੁਹੰਮਦ ਸਾਹਿਬ ਨੂੰ ਇਲਹਮ ਜਿਹੜਾ ਆਇਆ ਔਰ ਉਹਨਾਂ ਨੇ ਉਹ ਕੁਰਾਨ ਦੇ ਰੂਪ ਦੇ ਵਿੱਚ ਪ੍ਰਗਟ ਕੀਤਾ ਹਾਂਜੀ ਇਹ ਸੇਮੇਟਿਕ ਇਦਰਲੇ ਰਿਲੀਜਨ ਜਦੋਂ ਅਸੀਂ ਆਪਣੇ ਖਿੱਤੇ ਦੀ ਗੱਲ ਕਰਦੇ ਹਾਂ ਤੇ ਉਹਦੇ ਚ ਸਿੱਖ ਧਰਮ ਇੱਕ ਐਸਾ ਧਰਮ ਹੈ ਜਿਹਦੇ ਜਿਹੜਾ ਰਿਵੀਲਡ ਰਿਲੀਜੀਅਨ ਹੈ ਜਿਸ ਨੂੰ ਮੈਸੇਜ ਆਇਆ ਹੋ ਆਪੋ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜਿਓ ਤੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ ਸੋ ਇਹ ਵੀ ਰਿਵੀਲਡ ਹੈ ਬਾਣੀ ਨਿਰੰਕਾਰ ਦੀ ਹੈ ਇਸ ਲਈ ਇਹ ਨਿਰੰਕਾਰ ਦਾ ਹੀ ਮੈਸੇਜ ਹੈ ਜਿਹੜਾ ਕਿ ਗੁਰੂ ਸਾਹਿਬ ਨੇ ਕਿਹਾ ਵੀ ਹਾਂ ਆਪੋ ਬੋਲ ਨਾ ਜਾਣਦਾ ਮੇਰੇ ਕੋਲ ਤਾਂ ਕੋਈ ਬੋਲ ਨਹੀਂ ਮੈਂ ਕਿਹਾ ਸਭ ਹੁਕਮਾਓ ਜਿਓ ਇਹ ਹੁਕਮ ਦੇ ਵਿੱਚ ਬਾਣੀ ਆ ਰਹੀ ਹੈ ਆ ਹਿੰਦੂ ਥੌਟ ਜਿਹੜਾ ਉਹ ਬੇਸ਼ੱਕ ਉਹਨਾਂ ਨੇ ਬ੍ਰਹਮਾ ਦੇ ਨਾਲ ਜੋੜਿਆ ਆ ਉਸ ਦੇ ਚਾਰ ਵੇਦ ਔਰ ਉਹਨੂੰ ਬ੍ਰਹਮਾ ਦਾ ਜਿਹੜਾ ਉਹ ਵਰਡ ਹੈ ਪਰ ਸਾਨੂੰ ਵੀ ਪਤਾ ਹੈ ਵੀ ਅਲਟੀਮੇਟਲੀ ਜੋ ਵੀ ਹਿੰਦੂ ਧਰਮ ਹੈ ਉਹ ਬ੍ਰਾਹਮਣਾ ਨੇ ਬਣਾਇਆ ਬ੍ਰਾਹਮਣਾ ਨੇ ਸ਼ਲੋਕ ੜੇ ਉਹਨਾਂ ਨੇ ਗ੍ਰੰਥ ਬਣਾਏ ਉਪਨਿਸ਼ਿਦ ਬਣਾਏ ਸ਼ਾਸਤਰ ਬਣਾਏ ਇਸ ਲਈ ਇਹ ਵੀ ਇੱਕ ਇਸ ਕਿਸਮ ਦਾ ਧਰਮ ਜਿਹਦੇ ਵਿੱਚ ਉਹਨਾਂ ਨੇ ਬੜਾ ਡੂੰਗਾ ਫਲਸਫਾ ਦਿੱਤਾ ਇਹਦੇ ਕੋਈ ਸ਼ੱਕ ਨਹੀਂ ਹੈ ਬੁੱਧ ਬੁੱਧ ਨੇ ਵੀ ਇੱਕ ਰੱਬ ਦੀ ਹੋਂਦ ਬਾਰੇ ਉਹ ਚੁੱਪ ਰਿਹਾ ਐ ਅਗਨੋਸਟਿਕ ਐ ਲੇਕਿਨ ਉਹਨੇ ਦੁੱਖਾਂ ਦਾ ਕਾਰਨ ਲੱਭ ਲੱਭਣ ਨਿਰਵਾਣ ਸਿਸਟਮ ਦਿੱਤਾ ਔਰ ਉਹ ਵੀ ਬੁੱਧ ਦੀ ਜਿਹੜੀ ਆ ਬੁੱਧੀ ਉਸ ਤੇ ਹੀ ਡਿਪੈਂਡ ਕਰਦਾ ਜੈਨ ਧਰਮ ਵੀ ਇਸ ਤਰ੍ਹਾਂ ਹੀ ਆਇਆ ਮਹਾਵੀਰ ਜੈਨ ਦਾ ਸੋ ਬਾਕੀ ਪਰੰਪਰਾਵਾਂ ਯੋਗ ਮਤ ਇਹਨਾਂ ਦਾ ਸਬਦਾ ਮਿਲਵਾ ਮੀਲ ਸੋ ਇੱਕ ਤਾਂ ਧਰਮ ਇਹ ਐ ਵੀ ਜਿਹੜਾ origignal ਫਾਰਮ ਚ ਉਪਦੇਸ਼ ਦੇ ਰੂਪ ਚ ਕਿਸੇ ਨੇ ਦਿੱਤਾ ਉਹਨਾਂ ਦੀਆਂ ਪ੍ਰੀਚਿੰਗਸ ਨੇ ਇਧਰ ਰਿਵੀਲਡ ਫੇਥ ਐ ਰਿਵੀਲ ਦੇ ਉੱਤੇ ਗੱਲ ਖੜੀ ਐ ਇਦੇ ਵਿੱਚ ਤਾਂ ਗੁਰੂ ਸਾਹਿਬ ਨੇ ਸਾਨੂੰ ਯਾਦ ਕਰਵਾਇਆ ਕਿ ਵੀ ਬੇਦ ਕਤੇਬ ਕਹੋ ਮਤ ਝੂਠੇ ਝੂਠਾ ਜੋਨ ਹੈ ਵਿਚਾਰੇ ਹਾਂਜੀ ਬੇਦਾ ਮੇ ਨਾਮ ਉੱਤਮ ਸੁਣੈ ਸੋ ਸੁਣੈ ਨਹੀਂ ਫਿਰੇ ਜੋ ਬੇਤਾਲੇ ਕਿ ਉਸ ਚੋਂ ਜਿਹੜੀ ਉਹਦੇ ਚ ਟਰੂਥ ਹੈ ਉਹਦਾ ਇੰਗਰੀਡੀਅੰਟ ਉਹਨੂੰ ਵਿਸਾਰਿਆ ਹੋਇਆ ਉਹਦੇ ਨਾਲ ਤਾਂ ਕੋਈ ਰੌਲਾ ਨਹੀਂ ਹੈ ਕਿਉਂਕਿ ਹੁਣ ਇੱਥੇ ਦੋ ਡਿਵੀਜ਼ਨਸ ਹੋ ਜਾਂਦੀਆਂ ਨੇ ਇੱਕ ਧਰਮੀ ਲੋਕ ਨੇ ਇੱਕ ਧਰਮ ਦੇ ਸਿਧਾਂਤ ਨੇ ਇੱਕ ਉਹਨੂੰ ਮੰਨਣ ਵਾਲੇ ਲੋਕ ਨੇ ਰੋਮਨ ਮੰਨਣ ਵਾਲਿਆਂ ਨੇ ਉਹਦੀ ਜ਼ਰੂਰ ਐਕਸਪਲੋਇਟੇਸ਼ਨ ਕੀਤੀ ਇਸਲਾਮ ਦੇ ਨਾਂ ਥੱਲੇ ਕਿਨਿਆਂ ਦਾ ਕਤਲ ਹੋਇਆ ਹੋ ਰਿਹਾ ਹੈ ਇਸਾਈਤ ਦੇ ਨਾਂ ਥੱਲੇ ਕਿਹਨਾਂ ਨੂੰ ਕਨਵਰਟ ਕਰਨਾ ਹੈ ਕੌਣ ਨਹੀਂ ਹੈ ਪਹਿਲਾਂ ਇਸਾਈ ਆਪ ਕਤਲ ਹੁੰਦੇ ਰਹੇ ਰੋਮਨ ਐਮਪਾਇਰ ਦੇ ਥੱਲੇ ਜੀ 2 3 4 ਸਦੀਆਂ ਫਿਰ ਉਹਨਾਂ ਦੇ ਹੱਥ ਜਦੋਂ ਪਾਵਰ ਆਈ ਉਹਨਾਂ ਨੇ ਆ ਕੇ ਇੱਥੇ ਸਾਊਥ ਅਮਰੀਕਾ ਦੀ ਦੂਜੀ ਥਾਂ ਤੇ ਕੀ ਕੀਤਾ ਬੁੱਧ ਧਰਮ ਦੇ ਹਵਾਲੇ ਨਾਲ ਬੁੱਧ ਧਰਮ ਕੀ ਸੀ ਅਗੋਂ ਉਹਨਾਂ ਯਾਇਆਂ ਨੇ ਕੀ ਬਣਾ ਦਿੱਤਾ ਜੇ ਬੁੱਧ ਮੂਰਤੀ ਪੂਜਾ ਦੇ ਖਿਲਾਫ ਸੀ ਉਹਨਾਂ ਨੇ ਬੁੱਧ ਦੀ ਮੂਰਤੀ ਲਿਆ ਕੇ ਉੱਥੇ ਰੱਖ ਦਿੱਤੀ ਹਾਂਜੀ ਸੋ ਇਸੇ ਤਰ੍ਹਾਂ ਧਰਮ ਦੇ ਨਾਂ ਦੇ ਉੱਤੇ ਜੇ ਕੋਈ ਐਕਸਪਲੋਇਡ ਕਰਦਾ ਮੁਗਲਾਂ ਨੇ ਕੀ ਕੀਤਾ ਹੁਣ ਭਾਵੇਂ ਕੋਈ ਇਸਲਾਮ ਸੁੰਨੀ ਤੇ ਇਧਰ ਉਧਰ ਕਿੰਨੇ ਕੁ ਧਰਮੀ ਲੋਕ ਸੀ ਜਿਹੜੇ ਆਪਣੇ ਪਿਓ ਦੀਆਂ ਅੱਖਾਂ ਕੱਢ ਦਿੰਦੇ ਨੇ ਆਪਣੇ ਭਰਾਵਾਂ ਨੂੰ ਮਾਰਦੇ ਨੇ ਇਹ ਔਰ ਉਹਨਾਂ ਨੂੰ ਮਾਰ ਕੇ ਤਖਤ ਦੇ ਉੱਤੇ ਬੈਠਦੇ ਨੇ ਪਰ ਮਜ਼ਹਬ ਉਹ ਯੂਜ਼ ਕਰਦੇ ਸੀ ਇਸਤੇਮਾਲ ਕਰਦੇ ਸੀ ਉਹਨ ਜਿਵੇਂ ਕਮਿਊਨਿਜ਼ਮ ਤਾਂ ਮਜ਼ਹਬ ਨਹੀਂ ਸੀ ਹਾਂਜੀ ਹਾਂਜੀ ਪਰ ਕਮਿਊਨਿਜ਼ਮ ਵਾਲਿਆਂ ਨੇ ਵੀ ਕਿਵੇਂ ਉਸ ਆਈਡੀਓਲੋਜੀ ਨੂੰ ਯੂਜ਼ ਕੀਤਾ ਲੱਖਾਂ ਲੋਕਾਂ ਨੂੰ ਮਾਰਨ ਲਈ ਉਹਨ ਉਹਦੇ 'ਚ ਅੱਜ ਵੀ ਕੋਈ ਕਹਿ ਸਕਦਾ ਹੈਗਾ ਜੀ ਮਾਰਕਸਿਜ਼ਮ ਦਾ ਤਾਂ ਕਸੂਰ ਨਹੀਂ ਹੈ ਜੇ ਉਹਦਾ ਫਲॉ ਇਹ ਸੀ ਪਰ ਮਾਰਕਸਿਜ਼ਮ ਨੇ ਤਾਂ ਨਹੀਂ ਕਿਹਾ ਵੀ ਇਵੇਂ ਕਰੋ ਇਹੀ ਹਾਲ ਚੀਨ ਵਾਲਿਆਂ ਨੇ ਕੀਤਾ ਉਹਨਾਂ ਨੇ ਮਾਓ ਦੇ ਨਾਂ ਤੇ ਲੈ ਕੀਤਾ ਰੈੱਡ ਬੁੱਕ ਤਾਂ ਕੋਈ ਧਾਰਮਿਕ ਕਿਤਾਬ ਨਹੀਂ ਹੈ ਹਾਂਜੀ ਮਾਓ ਦੀ ਲੇਕਨ कल्चरल ਰੈਵੋਲੂਸ਼ਨ ਦੇ ਨਾਂ ਥਲੇ ਉਹਨਾਂ ਨੇ ਕਿੰਨੇ ਲੋਕ ਮਾਰੇ ਸੋ ਮੈਂ ਇਹ ਸਮਝਦਾ ਹਾਂ ਕਿ ਉਹਨਾਂ ਨੇ ਬਾਬਿਆਂ ਦੇ ਲਾਈਫ ਸਟਾਈਲ ਜਾਂ ਇਹ ਹੋਲੀ ਮੈਨ ਜਾਂ ਦੂਜਿਆਂ ਦੀ ਗੱਲ ਕੀਤੀ ਇਹ ਕਰਪਟ ਤਬਕ ਹੈ ਇਹਨਾਂ ਇਹ ਦੰਬੀ ਪਖੰਡੀ ਕਿਸਮ ਦੇ ਲੋਕ ਧਰਮ ਦਾ ਬੁਰਕਾ ਪਾ ਕੇ ਔਰ ਹਰ ਧਰਮ ਦੇ ਫਾਊਂਡਰ ਨੇ ਭਾਵੇਂ ਉਹ حضرت ਮੁਹੰਮਦ ਸਾਹਿਬ ਨੇ ਬੇਸ਼ੱਕ ਜੀਸਸ ਕ੍ਰਾਈਸਟ ਨੇ ਗੁਰੂ ਨਾਨਕ ਸਾਹਿਬ ਨੇ ਜਿਹੜੇ ਜੈਸੀ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਹੋ ਜਦੋਂ ਪੰਡਤ ਤੇ ਮੁੱਲਾ ਨੂੰ ਭੰਨਦੇ ਨੇ ਹਾਂਜੀ ਜਾਂ ਭਾਈ ਗੁਰਦਾਸ ਕਹਿੰਦੇ ਨੇ ਵੀ ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬ੍ਰਾਹਮਣ ਮੌਲਾਨੇ ਸਿਰੋਂ ਨਾ ਮਿੱਟੇ ਆਵਣ ਜਾਣੇ ਸੋ ਉਸ ਦੰਬੀਪੂਣੇ ਨੂੰ ਹੀ ਉਗਾੜਦੇ ਨੇ ਕਿ ਬ੍ਰਾਹਮਣ ਕਲੇਮ ਕਰਦਾ ਕਿ ਵੀ ਉਹਦੇ ਕੋਲੇ ਆ ਪਰ ਚੋਰ ਹੈ ਕਰਪਟ ਹੈ ਇਹ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ ਹੁਣ ਜਿਹੜੀ ਗੱਲ ਗੁਰੂ ਸਾਹਿਬ ਨੇ ਦੂਸਰੇ ਉਸ ਵੇਲੇ ਦੇ ਐਗਜ਼ਿਸਟਿੰਗ ਮਜ਼ਮਾ ਪ੍ਰਤੀ ਕਹੀ ਸੀ ਅੱਜ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਹੁਣ ਇਹ ਆ ਗਾਤਰੇ ਵਾਲੇ ਮਹੰਤਾਂ ਦੀ ਗੱਲ ਹੋ ਕੇ ਹਟੀ ਹੈ ਉਹ ਅਕਾਲੀ ਹੋਣ ਜਿਹੜੇ ਅੱਜ ਪਾਵਰ 'ਚ ਨੇ ਹੁਣ ਬਾਦਲ ਦਾ ਕਿਹੜਾ ਮਸਜਬ ਹੈ ਲੇਕਿਨ ਉਹ ਧਰ ਇੱਕ ਧਾਰਮਿਕ ਸੰਸਥਾ ਦੇ ਉੱਤੇ ਪਲੰਥਾ ਮਾਰ ਕੇ ਬੈਠੇ ਸ਼੍ਰੋਮਣੀ ਕਮੇਟੀ ਅਕਾਲੀ ਦਲ ਸਾਬੂ ਦੀ ਮਰਜ਼ੀ ਦੇ ਨਾਲ ਚੱਲਦੇ ਨੇ ਬਾਕੀ ਧਰਮੀ ਲੋਕਾਂ ਚ ਆਸਰਾਮ ਹੋਏ ਚੰਦਰਾ ਸਵਾਮੀ ਹੋਏ ਆ ਜਿੰਨੇ ਪੰਜਾਬ ਦੇ ਵਿੱਚ ਡੇਰੇ ਆਸ਼ੂਤੋਸ਼ ਕਿਸ ਕਿਸਮ ਦਾ ਫਰਾਡ ਹੁਣ ਇਹਨਾਂ ਨੂੰ ਆਧਾਰ ਬਣਾ ਕੇ ਜਾਂ ਇਸ ਕਿਸਮ ਦੇ ਬਾਬੇ ਜਿਹੜੇ ਰਹਿੰਦੇ ਨੇ ਆਧਾਰ ਬਣਾ ਕੇ ਤੁਸੀਂ ਜਿਹੜਾ ਮੂਲ ਤੱਤ ਹੈ ਨਿਰੰਕਾਰ ਰੱਬ ਦੀ ਗੱਲ ਉਹਨੂੰ ਤੁਸੀਂ ਡਿਕਰਾਈ ਕਰੋ ਜਾਂ ਉਸ ਤੋਂ ਮੁਨਕਰ ਹੋ ਜਾਂ ਉਹਨੂੰ ਸਮਝੋ ਵੀ ਇਹੀ ਪਵਾੜੇ ਦੀ ਜੜ੍ਹ ਹੈ ਜੇ ਇਹ ਪਵਾੜੇ ਦੀ ਜੜ੍ਹ ਹੁੰਦਾ ਫਿਰ ਕਾਮਰੇਡਾਂ ਨੂੰ ਠੀਕ ਕਰ ਦੇਣਾ ਚਾਹੀਦਾ ਸੀ ਉਹ ਤਾਂ ਰੱਬ ਤੋਂ ਦੂਰ ਰਏ ਸੀ 97 ਉਹਨਾਂ ਨੇ ਤਾਂ ਟੋਟਲੀ ਡਿਸਟਰਕਸ਼ਨ ਕੀਤੀ ਇਸ ਨਾਂ ਦੇ ਥੱਲੇ ਵੀ ਕਿਤੇ ਨਿਆਣਿਆਂ ਦੇ ਕੰਨ 'ਚ ਵੀ ਰੱਬ ਦਾ ਨਾਮ ਨਾ ਪਿਆ ਜਾਏ ਸੋ ਮੈਂ ਸਮਝਦਾ ਹਾਂ ਕਿ ਇੱਥੇ ਜਿਹੜੀ ਕਮਜ਼ੋਰੀ ਜਾਂ ਕਮੀ ਹੈ ਉਹ insani fitrat ਦੀ ਹੈ। ਔਰ ਜਿਵੇਂ ਅਮਰੀਕਾ ਜਿਹਾ ਐਕਸਪ੍ਰੈਸ਼ਨ ਹੈ ਕਿ ਯੂ ਕਾਂਟ ਲੈਜਿਸਲੇਟ ਹਿਊਮਨ ਨੇਚਰ ਜਿਹੜੀ insani ਸੁਭਾਅ ਹੈ ਉਹਦੇ ਤੁਸੀਂ ਕੋਈ ਕਾਨੂੰਨ ਲਾਗੂ ਨਹੀਂ ਕਰ ਸਕਦੇ। ਜੀ। ਧਰਮ ਜਿਹੜਾ ਹੈ ਉਹ ਧਾਰਨ ਕਰਨ ਦਾ ਨਾਮ ਹੈ, ਫੇਥ ਨੂੰ ਜੀਵਨ ਦੇ ਵਿੱਚ ਅਪਣਾਉਣ ਦਾ ਨਾਮ ਹੈ ਔਰ ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਸਚੋਂ ਰਹੈ ਸਭ ਕੋ ਉੱਪਰ ਸੱਚ ਅਚਾਰ ਕਿ ਹਰ ਚੀਜ਼ ਸੱਚ ਤੋਂ ਰਹੈ। ਪਰ ਸਭ ਤੋਂ ਉੱਪਰ ਟਰੂਥਫੁਲ ਲਿਵਿੰਗ ਹੈ ਸੋ ਮੈਂ ਸਮਝਦਾ ਹਾਂ ਵੀ ਅਸੀਂ ਡਿੱਗਿਆ ਹੋਇਆ ਡੀਜਨਰੇਟ ਕਰਪਟ ਅਨ ਇਕਵਲ ਜੋ ਵੀ ਉਹਨਾਂ ਨੇ ਇਸਤੇਮਾਲ ਕੀ ਉਹਨਾਂ ਵੱਲੋਂ ਦੇਖੀਏ ਅਸੀਂ ਉਹਨਾਂ ਸੱਚੇ ਸੁੱਚੇ ਸਚਾਰੇ ਮਨੁੱਖਾਂ ਵੱਲ ਦੇਖੀਏ ਔਰ ਸਿੱਖ ਧਰਮ ਨੂੰ ਸਾਨੂੰ ਫਖਰ ਹੈ ਸਾਡੀ ਕੌਮ ਦੇ ਵਿੱਚ ਕਿ ਅਸੀਂ 5.5 ਸਦੀਆਂ ਵਿੱਚ ਬੀਤੇ ਚ ਵੀ ਅੱਜ ਚ ਵੀ ਬੜੇ ਬੜੇ ਇਮਾਨਦਾਰ ਬੜੇ ਬੜੇ ਯੋਧੇ ਬੜੇ ਬੜੇ ਸਚਾਰਤਾ ਨੂੰ ਪ੍ਰਣਾਏ ਹੋਏ, ਮਨੁੱਖਤਾ ਨੂੰ ਪਿਆਰ ਕਰਨ ਵਾਲੇ, ਸਰਬੱਤ ਦਾ ਭਲਾ ਲੋਚਣ ਵਾਲੇ, ਮੰਗਣ ਵਾਲੇ, ਉਹਨਾਂ ਦੇ ਲਈ ਜੋਣ ਵਾਲੇ ਉਹ ਪੈਦਾ ਕੀਤੇ ਨੇ ਅੱਜ ਵੀ ਸਾਡੇ ਵਿੱਚਕਾਰ ਨੇ ਪਰ ਇਹ ਦੰਬੀ ਕਲਾਸ ਵੀ ਨਾਲ ਰਹਿਣੀ ਐ, ਪਖੰਡੀ ਬਾਬੇ ਵੀ ਨਾਲ ਰਹਿਣੇ ਨੇ ਕਿਉਂਕਿ ਸਾਡੀ ਇੱਕ ਹਿੱਸਾ ਜਿਹੜਾ ਹੈ ਉਹ ਹਮੇਸ਼ਾ ਹੀ ਰਹੇਗਾ ਜਿਹੜਾ ਸੱਚ ਨਾਲੋਂ ਟੁੱਟ ਕੇ ਭੰਬਲ ਪੂਸੇ ਦਾ ਸ਼ਿਕਾਰ ਰਹੇਗਾ, ਲਾਲਚ ਦਾ ਸ਼ਿਕਾਰ ਹੋਏਗਾ। ਕਮਜ਼ੋਰੀ ਦਾ ਸ਼ਿਕਾਰ ਹੋਏਗਾ ਸੋ ਮੈਂ ਸਮਝਦਾ ਵੀ ਅਸਲ ਬਿਮਾਰੀ ਨੂੰ ਸਮਝਣ ਦੀ ਕੋਸ਼ਿਸ਼ ਕਰੋ ਧਰਮ ਨੂੰ ਜਾਂ ਮਜ਼ਹਬ ਨੂੰ ਨਾ ਸਮਝੋ ਕਿ ਇਹ ਬਿਮਾਰੀ ਹੈ ਜਨੇ ਇਹ ਕੁਝ ਕੀਤਾ ਕੁਝ ਲੋਕ ਸਮੇਂ-ਸਮੇਂ ਮਜ਼ਹਬ ਦੇ ਨਾਂ ਥੱਲੇ ਉਹ ਜੀਆਂ ਕਰਤੂਤਾਂ ਕਰਦੇ ਨੇ ਉਹਨਾਂ ਨੂੰ ਆਈਡੈਂਟੀਫਾਈ ਕਰੋ ਦਸਵੇਂ ਪਾਤਸ਼ਾਹ ਨੇ ਮਸੰਦਾਂ ਨੂੰ ਡਿਸਟਰੋਏ ਕੀਤਾ ਹਨ ਥਾਪੇ ਗੁਰੂ ਰਾਮਦਾਸ ਜੀ ਨੇ ਸੋ ਮੈਂ ਸਮਝਦਾ ਵੀ ਉਹਨਾਂ ਦੇ ਖਿਲਾਫ ਖਲੋਣਾ ਉਹਨਾਂ ਨੂੰ ਐਕਸਪੋਜ਼ ਕਰਨਾ ਇਹ ਜ਼ਰੂਰੀ ਹੈ ਨਾ ਕਿ ਤੁਸੀਂ ਧਰਮ ਨੂੰ ਜਿਹੜਾ ਹੈ ਇਸ ਤੇ ਲਈ ਦੋਸ਼ੀ ਬਣਾਓ ਪ੍ਰਵੀਰ ਹਸ਼ਾਰਪੁਰਿਆ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਲਿਖਿਆ ਹਾਂ ਜੀ ਡਾਕਟਰ ਸਾਹਿਬ ਈਵਰਜ਼ ਹੁਣ ਸਮਾਂ ਹੋ ਗਿਆ ਹੈ ਬ੍ਰੇਕ ਦਾ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਨੇ ਰਹੋ ਅਸੀਂ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ